ਵਾਲੇਕੁਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਆ ਸਾਰੇ ਭਰਾ ਖੇਡ ਬਣਾ ਹੋਗੇ। ਅੱਜ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ। ਇਹ ਗੱਲ ਆ ਬਿੱਲ ਦੇ ਮੁਤਲਕ। ਸਾਨੂੰ ਇਸ ਵਾਰੀ ਬਿੱਲ ਬਹੁਤ ਜ਼ਿਆਦਾ ਆ ਗਿਆ ਵਾ। ਆ ਵੇਖੋ ਜੀ ਆਇਆ 34,000 ਰੁਪਈਆ, 34,000 ਵਿਆਹ ਆਇਆ ਜੀ 13,500। ਇਹ ਵੀ ਇਤਨਾ ਜ਼ਿਆਦਾ ਬਿੱਲ ਆ ਕਿ ਪਿਛਲੇ ਮੰਥ ਸਾਨੂੰ ਬਿੱਲ ਜਿਹੜਾ ਆਇਆ ਸੀ ਉਹ 10,000, 9,000, ਉਸ ਤੋਂ ਪਹਿਲੇ 3,000, 4,000। ਇਹ ਪਤਾ ਨਹੀਂ ਕੀ ਇਹਨਾਂ ਨੇ ਵਿੱਚ ਇੰਨੇ ਟੈਕਸ ਪਾ ਦਿੱਤੇ ਆ। ਤੁਹਾਨੂੰ ਦਿਖਾਉਂਦੇ ਹਾਂ ਕਿਹੜੇ ਕਿਹੜੇ ਟੈਕਸ ਪਾਏ ਆ, ਦਿਖਾਈ ਆ। ਇਹ ਦੇਖੋ ਜੀ, ਜਿਹੜਾ ਮੌਜੂਦਾ ਬਿੱਲ ਹੈਗਾ ਜੀ ਉਹ ਹੈਗਾ ਵਾ 25,076 ਰੁਪਈਏ, ਠੀਕ ਆ। ਫਿਰ ਉਸ ਤੋਂ ਬਾਅਦ ਇਹਨਾਂ ਨੇ ਪਾਇਆ ਜੀ ਕਿਰਾਇਆ ਸਰਵਿਸ 488 ਰੁਪਏ। ਫਿਰ ਉਸ ਤੋਂ ਬਾਅਦ ਇਹਨਾਂ ਨੇ ਫਲਿਊਲ ਪ੍ਰਾਈਜ਼ ਐਡਜਸਟਮੈਂਟ 2719 ਰੁਪਏ ਉਹ ਪਾਈ ਆ। ਐਫ ਸੀ ਚਾਰਜਸ ਪਾਏ ਆ, ਟੋਟਲ 28,619 ਰੁਪਏ ਬਣੇ ਆ। ਅਤੇ ਇੱਧਰ ਤੁਹਾਨੂੰ ਦਿਖਾਉਂਦੇ ਹਾਂ ਜਿਹੜੀ ਇਹਨਾਂ ਨੇ ਗੌਰਮੈਂਟ ਦੇ ਮਹਿਸੂਲਾਤ ਪਾਏ ਆ, 381 ਰੁਪਏ ਇੱਕ ਮਹਿਸੂਲ। ਬਿਜਲੀ ਟੈਲੀਵਿਜ਼ਨ ਫੀਸ 5,132 ਰੁਪਏ, ਜਨਰਲ ਸੇਲ ਟੈਕਸ IFPA 90 ਰੁਪਏ, 5,642 ਰੁਪਏ ਇਹਨਾਂ ਨੇ ਪਾਇਆ ਟੋਟਲ ਟੈਕਸ। ਅਤੇ ਇੱਥੇ ਆ ਕੇ ਜੀ ਬਿੱਲ ਬਣਦਾ ਵਾ 37,265 ਰੁਪਏ। ਹੁਣ ਦੱਸੋ ਜੀ ਇੱਕ ਮਾੜਾ ਬੰਦਾ ਕੀ ਕਰੇਗਾ? ਆ ਤੁਹਾਨੂੰ ਉਤਲੇ ਬਿੱਲ ਵੀ ਦਿਖਾਉਂਦੇ ਹਾਂ, ਦੇਖੋ 10,936, 11,097 ਰੁਪਏ। ਆ ਛੋਟੇ ਛੋਟੇ ਬਿੱਲ ਇਸ ਤਰ੍ਹਾਂ ਆ ਰਹੇ ਆ, ਲੇਕਿਨ ਇਸ ਮੰਥ ਦਾ ਬਿੱਲ ਆਇਆ ਜੀ 34,265। ਇਹ ਜੀ ਜਨਾਬ ਦੂਸਰਾ ਬਿੱਲ ਜੀ, ਇਹ ਬਿੱਲ ਆਇਆ ਜੀ 13,547। ਇਹ ਪਿਛਲੇ ਮਹੀਨੇ ਦੇ ਦੇਖੋ ਜੀ, 4,342, ਫਿਰ ਉਸ ਤੋਂ ਪਿੱਛੇ 6,000, ਫਿਰ ਉਸ ਤੋਂ ਬਾਅਦ 3,000, 2,000, 2,000। ਇਹ ਹੁਣ ਇਹਨੂੰ ਅਸੀਂ ਕੀ ਸਮਝੀਏ? ਹਕੂਮਤ ਦੀ ਨਾਇਲੀ ਸਮਝੀਏ ਜਾਂ ਕੀ ਸਮਝੀਏ? ਤੁਸੀਂ ਇਹ ਦੱਸੋ ਵੀ ਇੱਕ ਦਿਹਾੜੀਦਾਰ ਬੰਦਾ ਕਿੱਥੇ ਜਾਏਗਾ? ਨਾ ਤਾਰੀਏ ਘਰੋਂ ਜਾਵਾਂਗੇ, ਬਿਜਲੀ ਘਰ ਦੀ ਜਾਏਗੀ, ਫਿਰ ਪੈਸੇ ਦੇ ਕੇ ਸਾਨੂੰ ਮੀਟਰ ਲਵਾਉਣਾ ਪੈਣਾ ਵਾ। ਮਾੜਾ ਬੰਦਾ ਕੀ ਕਰੇਗਾ? ਹੈਲੋ ਦੋਸਤੋ ਜੀ, ਅਸੀਂ ਚੱਲੇ ਹਾਂ ਹੁਣ ਬਿੱਲ ਤਾਰਨ ਅਤੇ GPO ਆਫਿਸ। ਚਲੋ ਜੀ, GPO ਆਫਿਸ ਸਾਹੀਵਾਲ ਅਸੀਂ ਹੁਣ ਰਵਾਨਾ ਹੋ ਗਏ ਹਾਂ ਜੀ। ਬਿੱਲ ਬਹੁਤ ਆਏ ਐਤਕੀ ਜੀ। ਆਹ ਰੋਡ ਵੇਖੋ ਜੀ ਸਾਹੀਵਾਲ ਦਾ ਜੀ, ਆਹ ਬੈਕਰੀ ਹੈ ਜੀ, ਡੀਸੈਂਟ ਬੈਕਰੀ ਸਾਹੀਵਾਲ ਦੀ, ਸਭ ਤੋਂ ਅੱਛੀ ਬੈਕਰੀ ਹੈ ਜੀ। ਦੇਖੋ ਜੀ ਅਸੀਂ ਚੱਲੇ ਹਾਂ ਜੀ, ਪੁੱਲ ਚੜ੍ਹ ਗਏ ਹਾਂ ਜੀ, ਪੁੱਲ ਚੜ੍ਹ ਗਏ ਹਾਂ ਜੀ। ਆਹ ਜੀ ਆਪਣਾ ਸਾਹੀਵਾਲ ਦਾ ਸਭ ਤੋਂ ਵੱਡਾ ਪਲਾਜ਼ਾ, ਖੂਬਸੂਰਤੀ ਬਹੁਤ ਆ ਜੀ। ਇਹਦੇ ਵਿੱਚ ਸਿਨੇਮਾ ਵੀ ਹੈ, ਬ੍ਰੈਂਡ ਸਭ ਤੋਂ ਅੱਛੇ ਬ੍ਰੈਂਡ ਇੱਥੇ ਹੁੰਦੇ। ਆਹ ਕਾਲੀ ਰੋਡ ਆ ਗਿਆ ਜੀ, ਅਸੀਂ ਪਹੁੰਚ ਗਏ ਹਾਂ ਪਾਕਿਸਤਾਨ ਪੋਸਟ ਆਫਿਸ। ਇਹ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਬਿਲਡਿੰਗ ਹੈ। ਅਸੀਂ ਅੰਦਰ ਜਾਵਾਂਗੇ, ਜਾ ਕੇ ਬਿੱਲ ਤਾਰਦੇ ਹਾਂ। ਬਿੱਲ ਇੰਨੇ ਜ਼ਿਆਦਾ ਆਏ ਆ, ਆਵਾਮ ਬਹੁਤ ਪਰੇਸ਼ਾਨ ਹੈ, ਇਹਦੀ ਕੋਈ ਹੱਦ ਨਹੀਂ ਹੈ। ਇਹ ਦੇਖੋ ਆਵਾਮ ਲਾਈਨ 'ਚ ਖੜੀ ਹੈ। ਸ਼ਾਮ ਤੱਕ ਬਹੁਤ ਵੱਡੀ ਲਾਈਨ ਲੱਗ ਜਾਣੀ ਇੱਥੇ, ਅਤੇ ਅਸੀਂ ਵੀ ਚੱਲੇ ਲਾਈਨ 'ਚ। ਤਾਰਨ ਕੇ ਬਿੱਲ 48,000 ਰੁਪਈਆ ਬਿੱਲ ਆਇਆ ਜੀ। ਇਹ ਵੀ 2,000 ਵਿੱਚ ਕੱਢਣਾ ਗੈਸ ਦੇ ਬਿੱਲ ਦਾ, ਸਾਡੇ ਕੋਲ ਕੁਛ ਵੀ ਨਹੀਂ ਹੈਗਾ। ਵੇਖ ਲਓ ਜੀ ਆ ਲਾਈਨ ਲੱਗੀ ਹੋਈ ਹੈ ਜੀ।